ਕੈਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਲਾਪਤਾ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਕਸਬਾ ਸਾਦਕ ਦੇ ਇੱਕ ਨੌਜਵਾਨ ਜੋ ਕੈਨੇਡਾ ਵਿਖੇ ਸਿਟੀਜ਼ਨ ਸੀ ਅਤੇ ਕੁਝ ਦਿਨਾਂ ਤੋਂ ਲਾਪਤਾ ਸੀ ਦੀ ਲਾਸ਼ ਮਿਲਣ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸਾਦਕ ਦੇ ਆੜ੍ਹਤੀ ਪਵਨ ਬਜਾਜ ਦੇ ਬੇਟੇ ਅਤੇ ਸੈਟ ਸੋਲਜਰ ਸੀਨੀਅਰ ਸੈਕੰਡਰੀ ਸਕੂਲ ਸਾਦਕ ਦੇ ਪ੍ਰਿੰਸੀਪਲ ਸੰਜੀਵ ਬਜਾਜ ਦਾ ਭਤੀਜਾ ਵਿਸ਼ਾਲ ਕੁਮਾਰ ਬਜਾਜ ਲਗਭਗ 7 ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਇਸ ਸਮੇਂ ਕੈਨੇਡਾ ਦਾ ਸਿਟੀਜ਼ਨ ਸੀ। ਸੰਜੀਵ ਬਜਾਜ ਨੇ ਭਰੇ ਮਨ ਨਾਲ ਦੱਸਿਆ ਕਿ ਵਿਸ਼ਾਲ ਦੇ ਮਾਲਕ ਨੇ 15 ਸਤੰਬਰ 2024 ਨੂੰ ਸਰੀ RCMP ਨੂੰ ਵੈਨਕੂਵਰ ਵਿੱਚ ਕੰਮ ਲਈ ਪੇਸ਼ ਹੋਣ ਵਿੱਚ ਅਸਫਲ ਰਹਿਣ ਤੋਂ ਬਾਅਦ ਪੁਲਿਸ ਨੂੰ ਸੁਚੇਤ ਕੀਤਾ ਸੀ। ਵਿਸ਼ਾਲ ਨੂੰ ਆਖਰੀ ਵਾਰ 13 ਸਤੰਬਰ ਨੂੰ ਰਾਤ 8:41 ਦੇ ਕਰੀਬ ਸਰੀ ਵਿੱਚ 114 Avenue ਦੇ 142 ਬਲਾਕ ਵਿੱਚ ਆਪਣੀ ਰਿਹਾਇਸ਼ ਛੱਡਦਿਆਂ ਵੇਖਿਆ ਗਿਆ ਸੀ। ਹੁਣ ਲਾਪਤਾ 27 ਸਾਲਾਂ ਵਿਸ਼ਾਲ ਬਜਾਜ ਦੀ ਲਾਸ਼ ਡੈਲਟਾ ਤੋਂ ਮਿਲੀ ਹੈ। ਇਹ ਮੰਨਿਆ ਜਾਂਦਾ ਹੈ ਕਿ ਉਸਨੇ ਅਲੈਕਸ ਫਰੇਜ਼ਰ ਬ੍ਰਿਜ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। 15 ਸਤੰਬਰ ਨੂੰ ਪੁਲਿਸ ਨੂੰ ਰਿਪੋਰਟ ਮਿਲੀ ਸੀ ਕਿ 27 ਸਾਲਾਂ ਵਿਸ਼ਾਲ ਬਜਾਜ ਵੈਨਕੂਵਰ ਵਿੱਚ ਆਪਣੀ ਨੌਕਰੀ ਵਾਲੀ ਥਾਂ 'ਤੇ ਨਹੀਂ ਪਹੁੰਚਿਆ। ਉਸੇ ਦਿਨ ਪਹਿਲਾਂ ਉਸ ਦਾ ਬੈਗ ਪੈਕ ਅਲੈਕਸ ਫਰੀਜ਼ਰ ਬ੍ਰਿਜ 'ਤੇ ਪੈਦਲ ਚੱਲਣ ਵਾਲੇ ਰਸਤੇ ਨੇੜੇ ਮਿਲਿਆ ਸੀ। ਉਹਨਾਂ ਦੇ ਪਰਿਵਾਰ ਨਾਲ ਦਿਲੀ ਹਮਦਰਦੀ ਕਰਦਿਆਂ ਕੈਨੇਡਾ ਦੇ ਪੁਲਿਸ ਨੇ ਸਾਦਕ ਰਹਿੰਦੇ ਮ੍ਰਿਤਕ ਦੇ ਮਾਪੇ ਜੰਡ ਸਾਹਿਬ ਦੇ ਆੜ੍ਹਤੀ ਪਵਨ ਬਜਾਜ ਨੂੰ ਸੂਚਿਤ ਕੀਤਾ ਸੀ। ਇਹ ਮੰਦਭਾਗੀ ਖਬਰ ਸੁਣਨ ਤੋਂ ਬਾਅਦ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਹੁਣ ਪਰਿਵਾਰ ਵਿਸ਼ਾਲ ਬਜਾਜ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਯਤਨਸ਼ੀਲ ਹੈ।